ਭਵਾਨੀਗੜ੍ਹ ਤਹਿਸੀਲ ਵਿੱਚ ਪਿੰਡ ਹੈ, ਉਸ ਇਲਾਕੇ ਤੋਂ ਜਥਾ ਤੁਰਿਆ। ਉਹਦੇ ਵਿੱਚ ਇੱਕ ਬਜ਼ੁਰਗ ਬੰਦਾ ਆਇਆ, ਗਰੀਬ ਬੜਾ, ਕੱਪੜੇ ਮੈਲੇ ਨੇ, ਕਈ ਟਾਕੀਆਂ ਲੱਗੀਆਂ ਨੇ। ਗੁਰੂ ਰਾਮਦਾਸ ਮਹਾਰਾਜ ਦੀ ਸੋਭਾ ਸੁਣੀ, ਉਹ ਵੀ ਸੰਗਤ ਵਿੱਚ ਦਰਸ਼ਨ ਕਰਨ ਆ ਗਿਆ। ਜਦੋਂ ਸ੍ਰੀ ਅੰਮ੍ਰਿਤਸਰ ਸਾਹਿਬ ਪਹੁੰਚੇ, ਧੰਨ ਗੁਰੂ ਰਾਮਦਾਸ ਮਹਾਰਾਜ ਦੇ ਦਰਸ਼ਨਾਂ ਨੂੰ ਲੱਗੀ ਹੋਈ ਕਤਾਰ ਵਿੱਚ ਉਹ ਵੀ ਲੱਗ ਗਿਆ। ਉਹਨੇ ਸੰਗਤ ਨਾਲ ਮਿਲ ਕੇ ਪਹਿਲਾਂ ਆਉਂਦਿਆਂ ਇਸ਼ਨਾਨ ਕੀਤਾ, ਗੁਰੂ ਕਾ ਪ੍ਰਸ਼ਾਦਾ ਛਕਿਆ, ਫਿਰ ਦਰਸ਼ਨ ਕਰਨ ਕਤਾਰ ਵਿੱਚ ਲੱਗ ਗਿਆ। ਜਦੋਂ ਪੰਜਵੇਂ ਇੱਕ ਨੰਬਰ 'ਤੇ ਉਹਦੀ ਵਾਰੀ ਰਹਿ ਗਈ ਤਾਂ ਗੁਰੂ ਰਾਮਦਾਸ ਮਹਾਰਾਜ ਦੇ ਦਰਸ਼ਨ ਹੋਣ ਲੱਗ ਪਏ। ਕਿਉਂਕਿ ਲੰਬੀ ਕਤਾਰ ਹੋਵੇ, ਤੁਸੀਂ ਨੇੜੇ ਜਾਓ ਫਿਰ ਦਰਸ਼ਨ ਹੋਣ ਲੱਗ ਪੈਂਦੇ ਨੇ। ਪੰਜਵੇਂ ਇੱਕ ਨੰਬਰ 'ਤੇ ਵਾਰੀ ਰਹਿ ਗਈ, ਗੁਰੂ ਰਾਮਦਾਸ ਸਾਹਿਬ ਦੇ ਦਰਸ਼ਨ ਹੋਣ ਲੱਗ ਪਏ। ਮਹਿਮਾ ਬੜੀ ਸੁਣੀ ਸੀ, ਸ਼੍ਰੀ ਗੁਰੂ ਰਾਮਦਾਸ ਮਹਾਰਾਜ ਤਖ਼ਤ 'ਤੇ ਬੈਠੇ ਨੇ, ਲੰਬਾ ਪਾਤਸ਼ਾਹ ਦਾ ਪ੍ਰਕਾਸ਼ ਦੜ ਹੈ, ਸੁੰਦਰ ਹਜ਼ੂਰ ਦਾ ਚਿੜ ਹੈ, ਧੰਨ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਦੇ ਸੀਸ 'ਤੇ ਚੌਰ ਸਾਹਿਬ ਹੋ ਰਿਹਾ, ਚੰਦੋਆ ਝੂਲ ਰਿਹਾ। ਦਰਸ਼ਨ ਕਰਕੇ ਨਾ ਨਜ਼ਰ ਭਰ ਕੇ ਇਸ ਬਜ਼ੁਰਗ ਦਾ ਤਨ ਮਨ ਨਿਹਾਲ ਹੋ ਗਿਆ। ਕਿਉਂਕਿ ਸਾਧ ਸੰਗਤ ਦਰਸ਼ਨ ਕਰਨਾ ਵੀ ਗੁਰੂ ਕੋਲੋਂ ਮੰਗਣਾ ਪੈਂਦਾ, ਪਾਤਸ਼ਾਹ ਸਾਨੂੰ ਦਰਸ਼ਨ ਕਰਨ ਦੀ ਜਾਂਚ ਦਿਓ, ਇਹ ਵੀ ਅਰਦਾਸ ਵਿੱਚ ਮੰਗਿਆ ਜਾਂਦਾ। ਮਹਾਰਾਜ ਸਾਨੂੰ ਦੀਦਾਰ ਦਰਸ਼ਨਾਂ ਦੀ ਜਾਂਚ ਦੱਸੋ, ਅਸੀਂ ਦਰਸ਼ਨ ਕਿਵੇਂ ਕਰੀਏ। ਮੱਥਾ 'ਤੇ ਆਪਾਂ ਵੀ ਟੇਕਿਆ, ਪਰ ਉਹ ਦਰਸ਼ਨ ਕਿਹੜੇ ਨੇ, ਉਹ ਦੀਦਾਰ ਕਿਹੜੇ ਨੇ, ਜਿਹਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਕਹਿੰਦੀ ਹੈ, ਅੰਦਰ ਸੱਚਾ ਨੇਹੋ ਲਾਇਆ ਪ੍ਰੀਤਮ ਆਪਣੇ ਤਨ ਮਨ ਹੋਏ ਨਿਹਾਲ। ਜਾਂ ਗੁਰ ਦੇਖਾ ਉਹ ਕਿਹੜੇ ਦਰਸ਼ਨ ਨੇ, ਉਹ ਕਿਸ ਤਰ੍ਹਾਂ ਵੇਖੀਦਾ ਕਿ ਗੁਰੂ ਨੂੰ ਵੇਖਦਿਆਂ ਤਨ ਮਨ ਨਿਹਾਲ ਹੋ ਜਾਏ, ਉਹ ਕਿਸ ਤਰ੍ਹਾਂ ਵੇਖੀਦਾ, ਉਹ ਗੁਰੂ ਦੇ ਕੋਲੋਂ ਅਰਦਾਸ ਕਰਕੇ ਮੰਗਣਾ ਚਾਹੀਦਾ। ਗੁਰੂ ਦੇ ਦਰਸ਼ਨ ਕਰਨ ਦੀ ਜਾਂਚ ਗੁਰੂ ਕੋਲੋਂ ਮੰਗਿਓ ਪਾਤਸ਼ਾਹ, ਉਹ ਦਰਸ਼ਨ ਕਿਹੜੇ ਨੇ ਜਿਹਦੇ ਨਾਲ ਤਨ ਮਨ ਨਿਹਾਲ ਹੁੰਦਾ। ਅੱਜ ਬਜ਼ੁਰਗ ਦੀ ਵਾਰੀ ਆਈ, ਸ਼੍ਰੀ ਗੁਰੂ ਰਾਮਦਾਸ ਮਹਾਰਾਜ ਦਾ ਚਿਹਰਾ ਵੇਖਣ ਲੱਗ ਪਿਆ, ਦਰਸ਼ਨ ਕਰਦਿਆਂ ਕਰਦਿਆਂ ਤਨ ਮਨ ਨਿਹਾਲ ਹੋ ਗਿਆ, ਉਹਦੇ ਅੰਦਰੋਂ ਮਨ ਵੈਰਾਗ ਬਹਿ ਉੱਠਿਆ, ਪਾਤਸ਼ਾਹ ਨਾਲ ਉਹਦਾ ਸਿੱਧਾ ਸੰਪਰਕ ਸੁਰਤੀ ਕਰਕੇ ਜੁੜ ਗਿਆ। ਜਦੋਂ ਸੁਰਤ ਕਰਕੇ ਗੁਰ ਕੀ ਮੂਰਤ ਮਨ ਮੈਂ ਧਿਆਨ, ਗੁਰ ਕੈ ਸ਼ਬਦ ਮੰਤਰ ਮਨ ਮਹਾਨ, ਉਹਦੀ ਵਾਰੀ ਮੱਥਾ ਟੇਕਣ ਦੀ ਆ ਗਈ ਨਾ, ਉਹਨੇ ਨਮਸਕਾਰ ਕੀਤੀ, ਮਸਤਕ ਚਰਨਾਂ 'ਚ ਲਾਇਆ, ਅੱਖਾਂ ਜਲ ਨਾਲ ਭਰੀਆਂ ਹੋਈਆਂ ਨੇ, ਮੱਥਾ ਟੇਕ ਕੇ ਸੰਗਤ ਵੱਲ ਮੁੜਨ ਲੱਗਾ। ਪਾਤਸ਼ਾਹ ਨੇ ਆਵਾਜ਼ ਮਾਰ ਕੇ ਕਿਹਾ, ਬਜ਼ੁਰਗੋ ਰੁਕ ਜਾਓ। ਰੁਕ ਗਿਆ, ਕੁਝ ਮੰਗ ਲੈਣਾ ਸੀ। ਉਹਨੇ ਕਿਹਾ, ਨਹੀਂ ਮਹਾਰਾਜ ਚਾਹੀਦਾ ਨਹੀਂ ਕੁਝ। ਕੋਈ ਇੱਛਾ ਹੈ ਬਜ਼ੁਰਗੋ ਤੁਹਾਡੀ? ਮਹਾਰਾਜ ਕੋਈ ਇੱਛਾ ਨਹੀਂ। ਕੁਝ ਚਾਹੀਦਾ ਤੁਹਾਨੂੰ? ਉਹਦੀ ਹਾਲਤ ਦੱਸਦੀ ਸੀ, ਬੰਦਾ ਗਰੀਬ ਹੈ, ਕੱਪੜੇ ਮੈਲੇ, ਟਾਕੀਆਂ ਲੱਗੀਆਂ ਹੋਈਆਂ ਨੇ। ਗੁਰੂ ਰਾਮਦਾਸ ਸਾਹਿਬ ਕਹਿੰਦੇ ਨੇ, ਕੁਝ ਮੰਗ ਲੈਣਾ ਸੀ, ਉਹ ਮੰਗਣ ਤੋਂ ਇਨਕਾਰੀ ਹੋ ਰਿਹਾ। ਫਿਰ ਪਾਤਸ਼ਾਹ ਨੇ ਤੀਜੀ ਵਾਰ ਕਿਹਾ, ਬਜ਼ੁਰਗੋ ਕੋਈ ਫੁਰਨਾ ਕੋਈ ਇੱਛਾ ਹੋਵੇ ਮੰਗ ਲਓ। ਹੁਣ ਉਹ ਬਜ਼ੁਰਗ ਦੇ ਹੱਥ ਜੁੜੇ ਨੇ, ਇੱਕ ਫੁਰਨਾ ਉਹਦੇ ਖਿਆਲ 'ਚ ਆਇਆ। ਉਹਨੇ ਕਿਹਾ, ਮਹਾਰਾਜ ਇੱਕ ਫੁਰਨਾ ਆਇਆ, ਇੱਕ ਇੱਛਾ ਆਈ ਹੈ। ਮਹਾਰਾਜ ਜੇ ਦੇਣ ਉੱਤੇ ਆਏ ਹੋ ਫਿਰ ਕਿਰਪਾ ਕਰੋ, ਮੈਂ ਮੰਗ ਲਾਂ। ਹਜ਼ੂਰ ਨੇ ਕਿਹਾ, ਮੰਗੋ ਕੀ ਚਾਹੀਦਾ? ਉਹਨੇ ਕਿਹਾ, ਮਹਾਰਾਜ ਇੱਕ ਫੁਰਨਾ ਆਇਆ ਜਦੋਂ ਨਮਸਕਾਰ ਕਰਨ ਲੱਗਾ। ਪਾਤਸ਼ਾਹ ਜੇ ਤੁਸੀਂ ਕਿਰਪਾ ਕਰਕੇ ਦੇਣ 'ਤੇ ਆਏ ਹੋ ਫਿਰ ਇੱਕ ਚੀਜ਼ ਮੰਗ ਲਾਂ। ਸ਼੍ਰੀ ਗੁਰੂ ਰਾਮਦਾਸ ਮਹਾਰਾਜ ਕਹਿੰਦੇ, ਮੰਗੋ। ਉਹਨੇ ਬੜੇ ਅਦਬ ਨਾਲ ਹੱਥ ਜੋੜ ਕੇ ਖਲੋ ਗਿਆ। ਸਾਰੀ ਸੰਗਤ ਸੁਣ ਤੇ ਵੇਖ ਰਹੀ ਹੈ, ਸ਼੍ਰੀ ਗੁਰੂ ਰਾਮਦਾਸ ਮਹਾਰਾਜ ਨੂੰ ਹੱਥ ਜੋੜ ਕੇ ਇੱਦਾਂ ਅੱਡ ਕੇ ਕਹਿੰਦਾ, ਮਾਂ ਇੱਕ ਵਾਰ ਗਰੀਬ ਦੇ ਘਰ ਚਰਨ ਪਾ ਦਿਓ, ਮੇਰਾ ਮਨ ਸੀ ਕਿਤੇ ਗੁਰੂ ਰਾਮਦਾਸ ਸਾਡੇ ਘਰ ਵੀ ਆਉਣਗੇ। ਪਾਤਸ਼ਾਹ ਇੱਕ ਵਾਰ ਗਰੀਬ ਦੇ ਘਰ ਚਰਨ ਪਾ ਦਿਓ। ਦੇਖੋ ਜਿੱਥੇ ਗੁਰੂ ਦੇ ਚਰਨ ਪੈ ਜਾਣ ਉੱਥੇ ਕਮੀ ਕਿਸੇ ਦੀ ਰਹਿ ਸਕਦੀ ਕਿਸੇ ਚੀਜ਼ ਦੀ? ਜਿੱਥੇ ਜਾਏ ਵਹਿ ਮੇਰਾ ਸਤਿਗੁਰੂ। ਪਰ ਤੁਹਾਨੂੰ ਵਿਸ਼ਵਾਸ ਹੋ, ਸੋ ਥਾਨ ਸੁਹਾਵਾ ਰਾਮ ਰਾਜੇ, ਤੁਹਾਨੂੰ ਪ੍ਰੇਮ ਹੋਵੇ। ਨਹੀਂ ਤੇ ਮਾਫ ਕਰਿਓ, ਮੈਂ ਪੰਜਾਬ 'ਚ ਵੀ ਕਹਿੰਦਾ ਹੁੰਦਾ, ਸਾਡਾ ਪ੍ਰੇਮ ਘਟਣ ਲੱਗ ਪਿਆ। ਜਿੱਦਣ ਅਸੀਂ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਘਰ ਲਿਆਈਦੇ ਨੇ, ਘਰ ਵਾਲੇ ਹੱਥ ਜੋੜ ਕੇ ਖੜੇ ਹੁੰਦੇ, ਦਰਵਾਜ਼ੇ 'ਚ ਤੇਲ ਵੀ ਚੋਂਦੇ ਨੇ, ਪਾਣੀ ਵੀ ਛਿੜਕਦੇ ਨੇ,
ਅਤੇ ਜਿੱਦਣ ਤੀਜੇ ਦਿਨ ਅਖੰਡ ਪਾਠ ਸਾਹਿਬ ਦੇ ਭੋਗ ਪੈਂਦੇ ਨੇ ਉੱਦਣ ਸਿੱਖੋ ਤੁਹਾਨੂੰ ਕੀ ਹੋ ਜਾਂਦਾ, ਘਰ ਵਾਲੇ ਲੱਭਦੇ ਹੀ ਨਹੀਂ, ਰਿਸ਼ਤੇਦਾਰਾਂ ਵਿੱਚ ਗੁਆਚ ਜਾਂਦੇ ਨੇ, ਉਹ ਨਾ ਚੱਲ ਜਾਏ, ਉਹਨੂੰ ਸੂਟ ਦੇਣਾ, ਉਹ ਨਾ ਚਲਾ ਜਾਏ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸਰੂਪ ਵਿਦਿਆ ਕਰਨ ਵਾਸਤੇ, ਛੱਡਣ ਵਾਸਤੇ ਗੁਰੂ ਦੇ ਗ੍ਰੰਥੀਆਂ ਨੂੰ ਫਿਰ ਸੰਗਤ 'ਚੋਂ ਬੰਦੇ ਲੱਭਣੇ ਪੈਂਦੇ। ਭਾਅ ਜੀ ਤੁਸੀਂ ਹੱਥ ਧੋ ਲਓ, ਮਹਾਰਾਜ ਸਰੂਪ ਛੱਡ ਆਈ ਆ, ਘਰ ਵਾਲੇ ਰਿਸ਼ਤੇਦਾਰਾਂ 'ਚ ਗੁਆਚ ਗਏ। ਤੁਸੀਂ ਆਪਣੇ ਮਨ 'ਚ ਸੋਚਿਓ, ਤੁਹਾਡੇ ਘਰ ਕੋਈ ਰਿਸ਼ਤੇਦਾਰ ਆਉਂਦਾ, ਗੈਸਟ ਆਉਂਦਾ, ਤੁਸੀਂ ਉਹਨੂੰ ਗਿੱਟਾਂ ਤੱਕ ਛੱਡਣ ਨਾ ਜਾਓ, ਉਹ ਕੀ ਫੀਲ ਕਰੇਗਾ ਮਨ 'ਚ? ਆਪਣੇ ਰਿਸ਼ਤੇਦਾਰ ਨੂੰ ਸੀ ਆਫ ਕਰਨ ਲਈ ਗੇਟਾਂ ਤੱਕ ਜਾਂਦੇ ਹੋ, ਗੱਡੀ 'ਚ ਬਿਠਾਉਣ ਤੱਕ ਜਾਈਦਾ, ਗੱਡੀ ਤੁਰ ਪੈਂਦੀ ਹੈ, ਫਿਰ ਵੀ ਹੱਥ ਲਾ ਕੇ ਉਹਨੂੰ ਵਾਏ ਗੁੱਡ ਵਾਏ ਕਰੀਦਾ, ਉਹ ਘਰ ਪਹੁੰਚ ਜਾਏ, ਫਿਰ ਫੋਨ ਕਰਦੇ ਹੋ ਠੀਕ ਠਾਕ ਪਹੁੰਚ ਗਏ ਹੋ, ਇੱਕ ਬੰਦੇ ਨਾਲ ਇੰਨਾ ਪ੍ਰੇਮ ਵਿਖਾਉਂਦੇ ਹੋ, ਕਦੇ ਗੁਰੂ ਨਾਲ ਪਿਆਰ ਕਰਕੇ ਵੇਖ ਸਿੱਖਾ, ਜਿਵੇਂ ਭਾਵਨਾ ਨਾਲ ਘਰ 'ਚ ਲਿਆਉਂਦਾ, ਇੱਦਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਗੁਰਦੁਆਰੇ ਤੱਕ ਛੱਡ ਕੇ ਆਈ। ਮੇਰਾ ਵਿਸ਼ਵਾਸ ਹੈ ਤੈਨੂੰ ਗੁਰੂ ਨੇ ਲਿਖ ਕੇ ਦਿੱਤਾ, ਜੋ ਮੰਗੇ ਠਾਕੁਰ ਆਪਣੇ, ਸੋਈ ਸੋਈ, ਪਰ ਵਿਸ਼ਵਾਸ ਹੋਵੇ ਨਾ, ਪ੍ਰੇਮ ਹੋਵੇ ਗੁਰੂ। ਅੱਜ ਪਾਤਸ਼ਾਹ ਨੇ ਉਹਨੇ ਹੱਥ ਜੋੜ ਕੇ ਮੰਗਿਆ, ਮਹਾਰਾਜ ਕਿਤੇ ਗਰੀਬ ਦੇ ਘਰ ਚਰਨ ਪਾ ਦਿਓ, ਇੱਕ ਆਹ ਇੱਛਾ ਬਸ। ਸ਼੍ਰੀ ਗੁਰੂ ਰਾਮਦਾਸ ਮਹਾਰਾਜ ਚੁੱਪ ਕਰ ਗਏ, ਫਿਰ ਪਾਤਸ਼ਾਹ ਮਿੱਠਾ ਜਿਹਾ ਮੁਸਕਰਾ ਪਏ, ਤਾਂ ਹਜ਼ੂਰ ਨੇ ਬਜ਼ੁਰਗ ਨੂੰ ਕਿਹਾ, ਕਹਿੰਦੇ ਬਜ਼ੁਰਗਾਂ ਜ਼ਰੂਰ ਚਰਨ ਪਾਵਾਂਗੇ ਤੇਰੇ ਘਰ, ਭਾਈ ਬਜ਼ੁਰਗਾਂ ਬਹੁਤ ਜ਼ਰੂਰ ਆਵਾਂਗੇ ਤੇਰੇ ਘਰ, ਬਈ ਚਰਨ ਪਾਵਾਂਗੇ ਤੇਰੇ ਘਰ। ਅੱਗੋਂ ਉਹ ਬਜ਼ੁਰਗ ਨੇ ਪਤਾ ਕੀ ਕਿਹਾ, ਹੱਥ ਜੋੜ ਕੇ ਕਹਿੰਦਾ, ਮਹਾਰਾਜ ਜਦੋਂ ਤੁਸੀਂ ਚਰਨ ਪਾਓਗੇ ਮੇਰੇ ਘਰ, ਕਿੰਨੇ ਕੁ ਸਿੱਖ ਹੋਣਗੇ ਤੁਹਾਡੇ ਨਾਲ? ਸ਼੍ਰੀ ਗੁਰੂ ਰਾਮਦਾਸ ਮਹਾਰਾਜ ਕਹਿੰਦੇ 40-45 ਸਿੱਖ ਹੋਣਗੇ, 40-45 ਸਿੱਖ ਹੋਣਗੇ ਸਾਡੇ ਨਾਲ। ਤੇ ਉਹ ਬਜ਼ੁਰਗ ਅੱਗੋਂ ਕਹਿੰਦਾ, ਮਹਾਰਾਜ 40-45 ਬੰਦਿਆਂ ਨੂੰ ਮੇਰੇ ਤੋਂ ਪ੍ਰਸ਼ਾਦਾ ਨਹੀਂ ਛਕਾ, ਮਹਾਰਾਜ 40-45 ਬੰਦਿਆਂ ਨੂੰ, ਸਿੱਖਾਂ ਨੂੰ ਮੇਰੇ ਕੋਲੋਂ ਪ੍ਰਸ਼ਾਦਾ ਨਹੀਂ ਛਕਾਇਆ ਜਾਣਾ। ਮਹਾਰਾਜ ਮੈਂ ਤਾਂ ਗਰੀਬ ਬੜਾ, ਘਰ ਵਿੱਚ ਗੋਡੇ ਗੋਡੇ ਗਰੀਬੀ ਹੈ, ਪਾਤਸ਼ਾਹ ਤੁਸੀਂ ਆ ਜਾਓ ਤਾਂ ਤੁਹਾਨੂੰ ਪ੍ਰਸ਼ਾਦਾ ਛਕਾ ਦਾਂਗਾ, ਪਰ 40-45 ਸਿੱਖਾਂ ਨੂੰ ਪ੍ਰਸ਼ਾਦਾ ਮੇਰੇ ਤੋਂ ਛਕਾਇਆ ਨਹੀਂ ਜਾਣਾ, ਮੇਰੇ ਘਰ ਵਿੱਚ ਗੋਡੇ ਗੋਡੇ ਗਰੀਬੀ ਹੈ। ਸ਼੍ਰੀ ਗੁਰੂ ਰਾਮਦਾਸ ਮਹਾਰਾਜ ਹੱਸ ਪਏ, ਮੁਸਕਰਾ ਕੇ ਹਜ਼ੂਰ ਖੁਸ਼ ਹੋ ਕੇ ਬੋਲੇ, ਕਹਿੰਦੇ ਬਜ਼ੁਰਗਾ ਅੱਜ ਤੇਰੇ ਘਰ ਵਿੱਚ ਗੋਡੇ ਗੋਡੇ ਗਰੀਬੀ ਹੈ, ਓਏ ਜਿੱਦਣ ਅਸੀਂ ਚਰਨ ਪਾਣੇ ਉਦਣ ਮੋਢੇ ਮੋਢੇ ਅਮੀਰੀ ਹੋਣੀ ਹੈ। ਅੱਜ ਤੇਰੇ ਘਰ ਵਿੱਚ ਗੋਡੇ ਗੋਡੇ ਗਰੀਬੀ ਭਰੀ ਹੈ, ਜਿੱਦਣ ਅਸੀਂ ਚਰਨ ਪਾਣੇ ਉਦਣ ਮੋਢੇ ਮੋਢੇ ਅਮੀਰੀ ਆ ਜਾਣੀ ਤੇਰੇ ਘਰ ਵਿੱਚ। ਉਹ ਬਜ਼ੁਰਗ ਚਰਨੀ ਟੈਪਿਆ, ਅੱਖਾਂ ਭਰ ਕੇ ਰੋ ਪਿਆ, ਪਾਤਸ਼ਾਹ ਕਦੋਂ ਕਹੋਗੇ? ਸ਼੍ਰੀ ਗੁਰੂ ਰਾਮਦਾਸ ਮਹਾਰਾਜ ਗੰਭੀਰ ਹੋ ਕੇ ਬੋਲੇ, ਨਾ ਸਰੀਰ ਵਿੱਚ ਤੂੰ ਹੋਵੇਂਗਾ, ਨਾ ਸਰੀਰ ਵਿੱਚ ਅਸੀਂ ਹੋਵਾਂਗੇ, ਫਿਰ ਵੀ ਤੇਰੇ ਘਰ ਵਿੱਚ ਚਰਨ ਪਾਵਾਂਗੇ, ਨੌਵੇਂ ਜਾਮੇ ਵਿੱਚ ਤੇਰੇ ਘਰ ਵਿੱਚ ਚਰਨ ਪਾਵਾਂਗੇ। 7 ਸਾਲਾਂ ਬਾਅਦ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਜੋਤੀ ਜੋਤ ਸਮਾ ਗਏ, ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਤੱਕ ਸਿੰਘਾਸਣ 'ਤੇ ਬੈਠੇ, ਫਿਰ 6ਵੇਂ ਪਾਤਸ਼ਾਹ, 7ਵੇਂ ਪਾਤਸ਼ਾਹ, 8ਵੇਂ ਪਾਤਸ਼ਾਹ, 9ਵੇਂ ਪਾਤਸ਼ਾਹ, ਉੱਧਰ ਉਸੇ ਬਜ਼ੁਰਗ ਦਾ ਅੱਗੇ ਪੁੱਤ ਪੋਤੇ ਪੜਪੋਤੇ, ਐਸਾ ਕਾਰੋਬਾਰ ਵਧਿਆ, ਗੋਡੇ ਗੋਡੇ ਗਰੀਬੀ ਕੌਡੀਆਂ ਕਰੋੜਾਂ 'ਚ ਬਦਲ ਗਈਆਂ। ਉਹ ਭਵਾਨੀਗੜ੍ਹ ਦੇ ਇਲਾਕੇ ਦੇ ਸੇਠ ਖਵਾਉਣ ਲੱਗ ਪਏ, ਸੈਂਕੜੇ ਕਿੱਲੇ ਜ਼ਮੀਨ ਉਹਨਾਂ ਦੇ ਕੋਲ, ਲੋਕ ਉਹਨਾਂ ਕੋਲੋਂ ਕਰਜ਼ਾ ਲੈਣ, ਉਹਨਾਂ ਕੋਲੋਂ ਲੋਕ ਉਸ ਇਲਾਕੇ ਦੇ ਉਹ ਸੇਠ ਬਣ ਗਏ, ਬੜੇ ਅਮੀਰ ਹੋਏ। 9ਵੇਂ ਜਾਮੇ ਵਿੱਚ ਗੁਰੂ ਤੇਗ ਬਹਾਦਰ ਮਹਾਰਾਜ ਜਦੋਂ ਪਟਿਆਲੇ ਪਾਤਸ਼ਾਹ ਨੇ ਚਰਨ ਪਾਏ, ਉਦੋਂ ਭਵਾਨੀਗੜ੍ਹ ਰਸਤੇ ਉਸ ਪਿੰਡ ਵਿੱਚ ਆਲੋ ਵਾਲ ਵੀ ਚਰਨ ਪਾਏ। ਜਦੋਂ ਉਹਨਾਂ ਦੇ ਘਰ ਗਏ ਨਾ, ਉਹ ਬਜ਼ੁਰਗ ਦਾ ਪੜਪੋਤਾ, ਉਹਦਾ ਨਾਮ ਸੇਠ ਡੋਡਰ ਮੱਲ ਹੈ, ਉਹ ਬੜਾ ਅਮੀਰ ਹੈ, ਸ਼ਾਹੂਕਾਰ ਹੈ, ਸੇਠ ਹੈ, ਇਲਾਕੇ ਦੇ ਲੋਕ ਉਹਨਾਂ ਦੀ ਅੱਗੇ ਦਿਹਾੜੀਆਂ ਜ਼ਿਮੀਂਦਾਰੀ ਕਰਦੇ ਨੇ, ਉਹ ਬੜਾ ਵੱਡਾ ਅਮੀਰ ਸੇਠ ਹੈ, ਉਹਦਾ ਭਵਾਨੀਗੜ੍ਹ ਤੋਂ ਸਰਹੰਦ ਤੱਕ ਨਾਮ ਹੈ। ਜਦੋਂ ਪਾਤਸ਼ਾਹ ਨੇ ਉਹਦੇ ਘਰ ਚਰਨ ਪਾਏ, ਉਹਨੇ ਬੜੀ ਸੇਵਾ ਕੀਤੀ, ਚਰਨ ਧੋਤੇ, ਸਤਿਗੁਰੂ ਰਾਹਤ ਰਹੇ, ਇਸ਼ਨਾਨ ਕੀਤਾ, ਪ੍ਰਸ਼ਾਦਾ ਵੀ ਛਕਿਆ, ਦੀਵਾਨ ਵੀ ਸਜੇ। ਅਗਲੇ ਦਿਨ ਜਦੋਂ ਗੁਰੂ ਤੇਗ ਬਹਾਦਰ ਮਹਾਰਾਜ ਉਹਨਾਂ ਦੇ ਘਰੋਂ ਚੱਲਣ ਲੱਗੇ ਨਾ, ਉਸੇ ਬਜ਼ੁਰਗ ਦੇ ਪੜਪੋਤੇ ਨੇ ਪਾਤਸ਼ਾਹ ਨੂੰ ਇੱਕ ਦੁਸ਼ਾਲਾ, ਇੱਕ ਪਰਾਤ ਮੋਹਰਾਂ ਦੀ ਭਰ ਕੇ ਸੋਨੇ ਚਾਂਦੀ ਦੇ ਰਜਤ ਬਣ ਪਾਤਸ਼ਾਹ ਦੇ ਅੱਗੇ ਭੇਂਟ ਕੀਤੀ। ਸ਼੍ਰੀ ਗੁਰੂ ਤੇਗ ਬਹਾਦਰ ਮਹਾਰਾਜ ਨੇ ਜਦੋਂ ਉਹ ਦੁਸ਼ਾਲਾ ਅਤੇ ਪਰਾਤ ਭਰੀ ਹੋਈ ਸੋਨੇ ਦੀਆਂ ਮੋਹਰਾਂ ਦੀ ਵੇਖੀ,
ਪਾਤਸ਼ਾਹ ਨੇ ਹੱਥ ਨਾਲ ਪ੍ਰਹਾਤ ਪਰਾਂ ਕਰਕੇ ਕਿਹਾ, ਸੇਠ ਟੋਡਰ ਮੱਲ ਭੇਟਾ ਘੱਟ ਹੈ। ਕਦੇ ਗੁਰੂ ਵੀ ਇੱਦਾਂ ਕਹਿੰਦਾ? ਸੁਣਿਓ ਹੁਣ, ਜਿਹਨੂੰ ਕਹਿੰਦਾ ਉਹਦੇ ਨਾਲ ਪਿਆਰ ਵੇਖਿਓ ਕਹਿੰਦਾ, ਕਿਉਂਕਿ ਸਾਡੀ ਭੇਟਾ ਵਿੱਚ ਰੱਖਣ ਦੇ ਤਰੀਕੇ ਕੁਝ ਹੋਰ ਨੇ। ਜੇ ਤਾਂ ਨੋਟ ਹਲਕਾ ਛੋਟਾ ਜਿਹਾ ਹੋਵੇ ਫਿਰ ਤਾਂ ਇੱਦਾਂ ਰੱਖ ਦੇਈਦਾ, ਨੋਟ ਵੱਡਾ ਹੋਵੇ ਪਿੱਛਿਓਂ ਖਿਲਾਰ ਕੇ ਲਿਆਈਦਾ। ਸਾਡੀ ਭੇਟਾ ਵੀ ਵਿਖਾਵਾ ਨਾ ਗੁਰੂ। ਜਦੋਂ ਨੇ ਇੱਕ ਪ੍ਰਹਾਤ ਭਰ ਕੇ ਸੋਨੇ ਦੀਆਂ ਮੋਹਰਾਂ ਦੀ ਰੱਖੀ, ਪਾਤਸ਼ਾਹ ਨੇ ਦੁਸ਼ਾਲਾ ਉੱਪਰੋਂ ਚੁੱਕ ਲਿਆ, ਭਰੀ ਹੋਈ ਮੋਹਰਾਂ ਦੀ ਪ੍ਰਹਾਤ ਹਜ਼ੂਰ ਨੇ ਹੱਥ ਨਾਲ ਪਰਾਂ ਕਰਕੇ ਕਿਹਾ, ਸੇਠ ਟੋਡਰ ਮੱਲ ਭੇਟਾ ਘੱਟ ਹੈ, ਸਾਨੂੰ ਪ੍ਰਹਾਤ ਭਰ ਕੇ ਮੋਹਰਾਂ ਨਹੀਂ ਚਾਹੀਦੀਆਂ, ਸਾਨੂੰ ਗੱਡੇ ਭਰ ਕੇ ਮੋਹਰਾਂ ਚਾਹੀਦੀਆਂ। ਉਹਨੇ ਹੱਥ ਜੋੜੇ ਚਰਨਾਂ ਚੁੱਕ ਗਿਆ ਸੀ। ਪਾਤਸ਼ਾਹ, ਸਾਡੇ ਬਜ਼ੁਰਗਾਂ ਦੇ ਘਰ ਤਾਂ ਗੋਡੇ ਗੋਡੇ ਗਰੀਬੀ ਸੀ, ਦੂਜਿਆਂ ਦੀਆਂ ਬੁੱਤੀਆਂ ਕਰਦੇ ਸਨ, ਕੱਪੜਿਆਂ ਨੂੰ ਟਾਕੀਆਂ ਲਾ ਕੇ ਪਾਉਂਦੇ ਸਨ। ਪਾਤਸ਼ਾਹ, ਤੁਹਾਡੀ ਦਿੱਤੀ ਅਮੀਰੀ, ਪੈਸਾ, ਜ਼ਮੀਨ, ਜਾਇਦਾਦ ਸਭ ਕੁਝ ਤੁਹਾਡਾ, ਮਹਾਰਾਜ ਮੇਰੀ ਤਿਜੋਰੀ ਵਿੱਚ ਇੱਕ ਪ੍ਰਹਾਤ ਮੋਹਰਾਂ ਦੀ ਹੋਰ ਪਈ ਹੈ, ਮੈਂ ਉਹ ਵੀ ਭਰ ਕੇ ਲਿਆ ਦਿੰਦਾ, ਅਤੇ ਜੇ ਤੁਸੀਂ ਕਹਿੰਦੇ ਹੋ ਗੱਡਾ ਭਰ ਕੇ ਮੋਹਰਾਂ ਦਾ ਲੈਣਾ, ਮਹਾਰਾਜ ਇੱਕ ਦਿਨ ਦਾ ਵਕਤ ਦੇ ਦਿਓ, ਮੈਂ ਸਾਰੀ ਹਵੇਲੀ ਜ਼ਮੀਨ ਜਾਇਦਾਦ ਵੇਚ ਲਾਂਗਾ, ਪਰ ਸਤਿਗੁਰੂ ਮੈਂ ਗੱਡਾ ਭਰ ਕੇ ਮੋਹਰਾਂ ਦਾ ਜ਼ਰੂਰ ਦੇਵਾਂਗਾ। ਮਹਾਰਾਜ ਇੱਕ ਦਿਨ ਰੁਕ ਜਾਓ, ਮੈਨੂੰ ਹਵੇਲੀ ਜ਼ਮੀਨ ਜਾਇਦਾਦ ਸਭ ਕੁਝ ਵੇਚ ਲੈਣ ਦਿਓ, ਮੈਂ ਗੱਡਾ ਭਰ ਕੇ ਮੋਹਰਾਂ ਦਾ ਦੇਵਾਂਗਾ। ਸ਼੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀਆਂ ਨੇ ਉਹ ਸੇਠ ਟੋਡਰ ਮੱਲ ਦੇ ਹੰਝੂ ਪਹੁੰਚ ਗਏ, ਸਾਦ ਸ਼ਾਬਾਸ਼ ਕਹਿ ਕੇ ਇੱਕ ਗੱਲ ਕਹੀ, ਬੇਟਾ ਗੱਡੇ ਭਰ ਕੇ ਮੋਹਰਾਂ ਦੇ ਚਾਹੀਦੇ ਨੇ, ਅੱਜ ਨਹੀਂ, ਥੋੜ੍ਹਾ ਵਕਤ ਰੁਕ ਲੈ, ਉਦੋਂ ਤੱਕ ਮੋਹਰਾਂ ਇਕੱਠੀਆਂ ਕਰ ਲਾ, ਇੱਕ ਦਿਨ ਗੱਡੇ ਭਰ ਕੇ ਮੋਹਰਾਂ ਦੇ ਲਵਾਂਗੇ ਤੇਰੇ ਤੋਂ, ਅੱਜ ਭੇਟਾ ਨਹੀਂ ਲੈਣੀ, ਮੋਹਰਾਂ ਇਕੱਠੀਆਂ ਕਰ ਲਾ, ਇੱਕ ਦਿਨ ਗੱਡੇ ਭਰ ਕੇ ਮੋਹਰਾਂ ਦੇ ਲਵਾਂਗੇ। ਸਾਧ ਸੰਗਤ ਤੋਂ ਭੇਟਾ ਗੁਰੂ ਨੇ ਪਤਾ ਕਦੋਂ ਲਈ? ਜਦੋਂ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਦੋਵੇਂ ਛੋਟੇ ਸਾਹਿਬਜ਼ਾਦੇ ਧੰਨ ਮਾਤਾ ਗੁਜਰ ਕੌਰ ਸ਼ਹੀਦ ਹੋ ਗਏ, ਕੰਨਾਂ 'ਚ ਸਾਹਿਬਜ਼ਾਦੇ ਚਿਣੇ ਗਏ, ਤਿੰਨ ਦਿਨ ਲਾਸ਼ਾਂ ਪਈਆਂ ਰਹੀਆਂ। ਵਜ਼ੀਰ ਖਾਨ ਸਰਹੰਦ ਦੇ ਨਵਾਬ ਨੇ ਕਿਹਾ ਕੋਈ ਲਾਸ਼ਾਂ ਦੀ ਜਗ੍ਹਾ ਮੁੱਲ ਖਰੀਦ ਕੇ ਸੰਸਕਾਰ ਕਰੇ। ਉੱਦਣ ਭਵਾਨੀਗੜ੍ਹ ਤੋਂ ਦੀਵਾਨ ਟੋਡਰ ਮੱਲ ਚੱਲ ਕੇ ਆਇਆ, ਸਾਰੀ ਜਾਇਦਾਦ ਵੇਚਤੀ, ਗੱਡੇ ਭਰ ਕੇ ਮੋਹਰਾਂ ਦੇ ਦਿੱਤੇ, ਨਾਲੇ ਰੋ ਪਿਆ, ਹੇ ਗੁਰੂ ਤੇਗ ਬਹਾਦਰ ਸਾਹਿਬ, ਮੈਨੂੰ ਨਹੀਂ ਸੀ ਪਤਾ ਤੂੰ ਭੇਟਾ ਇੱਦਾਂ ਲੈਣੀ ਹੈ। ਪਾਤਸ਼ਾਹ, ਮੈਨੂੰ ਨਹੀਂ ਸੀ ਪਤਾ ਤੂੰ ਭੇਟਾ ਇਹਨਾਂ ਹਾਲਾਤਾਂ ਵਿੱਚ ਲੈਣੀ ਹੈ, ਗੱਡੇ ਭਰ ਕੇ ਮੋਹਰਾਂ ਦੇ ਦਿੱਤੇ, ਸਰਹੰਦ ਦੇ ਨਾਲ ਜਗ੍ਹਾ, ਸਾਧ ਸੰਗਤ ਉਹ ਜਗ੍ਹਾ ਮੁੱਲ ਖਰੀਦ ਕੇ ਸਾਹਿਬਜ਼ਾਦਿਆਂ ਅਤੇ ਮਾਂ ਗੁਜਰੀ ਦਾ ਸੰਸਕਾਰ ਕੀਤਾ। ਅੱਜ ਉਹ ਜਗ੍ਹਾ ਦਾ ਅਸਥਾਨ ਦਾ ਨਾਮ ਗੁਰਦੁਆਰਾ ਜੋਤੀ ਸਰੂਪ ਸਾਹਿਬ ਹੈ, ਔਰ ਪੂਰੇ ਵਰਲਡ, ਪੂਰੀ ਦੁਨੀਆ ਵਿੱਚੋਂ ਸਭ ਤੋਂ ਕੋਸਟਲੀ ਲੈਂਡ ਹੈ, ਮਹਿੰਗੀ ਜਾਇਦਾਦ ਹੈ। ਮੋਹਰਾਂ ਖੜੀਆਂ ਕਰਕੇ ਬਸ ਸਾਧ ਸੰਗਤ 2 ਫੁੱਟ ਦੀ ਜਗ੍ਹਾ ਖਰੀਦੀ ਸਾਹਿਬ, ਨਾਲੇ ਦੀਵਾਨ ਟੋਡਰ ਮੱਲ ਨੇ ਗੱਡੇ ਭਰ ਕੇ ਮੋਹਰਾਂ ਲਿਆਂਦੇ, ਨਾਲੇ ਸੰਸਕਾਰ ਕਰਦਿਆਂ ਰੋਂਦਿਆਂ ਕਹਿੰਦਾ, ਹੇ ਗੁਰੂ ਤੇਗ ਬਹਾਦਰ ਸਾਹਿਬ, ਮੈਨੂੰ ਨਹੀਂ ਸੀ ਪਤਾ ਤੂੰ ਭੇਟਾ ਇੱਦਾਂ ਲੈਣੀ ਹੈ। ਸਾਧ ਸੰਗਤ, ਕਿੱਥੋਂ ਗੁਰੂ ਰਾਮਦਾਸ ਮਹਾਰਾਜ ਤੋਂ ਸਿੱਖੀ ਚੱਲੀ, ਕਿੱਥੇ 10ਵੇਂ ਪਾਤਸ਼ਾਹ ਵੇਲੇ ਪ੍ਰਵਾਨ ਹੋਈ ਹੈ। ਮੈਂ ਤੁਹਾਨੂੰ ਬੇਨਤੀ ਕਰਾਂਗਾ, ਗੁਰੂ ਕੋਲੋਂ ਪਦਾਰਥ, ਪੁੱਤਰ, ਧੀਆਂ, ਪੈਸਾ, ਇਹ ਸਭ ਕੁਝ ਜੋ ਭਾਗਾਂ 'ਚ ਲਿਖਿਆ ਨਾ, ਉਹ ਮਿਲ ਜਾਂਦਾ। ਤੁਹਾਡੇ ਭਾਗਾਂ 'ਚ ਲਿਖਿਆ ਹੈ, ਤੁਹਾਨੂੰ ਮਿਲਣਾ ਹੀ ਮਿਲਣਾ। ਤੁਹਾਡੇ ਭਾਗਾਂ 'ਚ ਵਿਦੇਸ਼ ਯਾਤਰਾ ਕੋਈ ਤੁਹਾਨੂੰ ਰੋਕ ਨਹੀਂ ਸਕਦਾ ਜਹਾਜ਼ ਚੜ੍ਹਨ ਤੋਂ, ਕੋਈ ਤੁਹਾਨੂੰ ਧਨ ਦੌਲਤ ਪਦਾਰਥ ਲਿਖਿਆ ਕੋਈ ਨਹੀਂ ਰੋਕ ਸਕਦਾ, ਕਿਸੇ ਜੋਤਸ਼ੀ ਨੂੰ ਪੁੱਛਣ ਦੀ ਲੋੜ ਨਹੀਂ। ਪਰ ਇੱਕ ਗੱਲ ਯਾਦ ਰੱਖਿਓ, ਸਿੱਖੀ ਅਤੇ ਨਾਮ ਇਹ ਭਾਗਾਂ 'ਚ ਨਹੀਂ ਲਿਖਿਆ, ਇਹ ਮੰਗਣਾ ਪੈਂਦਾ।